ਸਿੱਖ ਨਿਊਜ਼ ਐਕਸਪ੍ਰੈਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ। ਅੱਜ ਸਾਡੇ ਨਾਲ ਨੇ ਜਾਗੋ ਪਾਰਟੀ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਜੀਕੇ। ਭਾਈ ਸਾਹਿਬ ਜੀ, ਆਪ ਜੀ ਦਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਨੇ 99 ਸਾਲਾ ਸਥਾਪਨਾ ਦਿਵਸ ਆਪਣਾ ਮਨਾਇਆ ਹੈ ਅਤੇ ਕਈ ਵਿਦਵਾਨ ਜਿਹੜੇ ਨੇ ਉਹ ਜਾਂ ਕਈ ਆਪਣੇ ਜਿਹੜੇ ਚਿੰਤਕ ਨੇ ਸਿੱਖ ਚਿੰਤਕ, ਉਹਨਾਂ ਨੇ ਇਸ ਨੂੰ ਨਾਮ ਦਿੱਤਾ ਹੈ ਕਿ ਨਨਕਾਣਾ ਸਾਹਿਬ ਤੋਂ ਨਾਗਪੁਰ ਤੱਕ ਦਾ ਸਫ਼ਰ। ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਕਿ ਲੋਕਾਂ ਨੇ ਨਨਕਾਣਾ ਸਾਹਿਬ ਤੋਂ ਨਾਗਪੁਰ ਤਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਕਦਰਾਂ ਕੀਮਤਾਂ ਵਾਸਤੇ ਸਥਾਪਿਤ ਕੀਤਾ ਸੀਗਾ 99 ਸਾਲ ਪਹਿਲੇ, ਕੌਮ ਦੀ ਚੜ੍ਹਦੀ ਕਲਾ ਲਈ, ਪੰਥ ਦੀ ਚੜ੍ਹਦੀ ਕਲਾ ਲਈ, ਆਪਣੀ ਜ਼ੁਬਾਨ ਲਈ, ਆਪਣੇ ਨਿਸ਼ਾਨ ਲਈ, ਸਾਡੀਆਂ ਸਿੱਖ ਇਸ਼ੂਜ਼ ਵਾਸਤੇ। ਔਰ ਜਿਵੇਂ ਮੈਂ ਗੱਲ ਕਰ ਲਵਾਂ ਕਿ ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ ਅਕਾਲੀ ਦਲ ਨੇ, ਜਿਹਨੂੰ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਕਿਹਾ ਜਾਂਦਾ, ਤੁਸੀਂ ਉਸ ਤੋਂ ਬੈਕ ਟਰੈਕ ਹੋ ਗਏ ਹੋ। ਅੱਜ ਜਿਹੜਾ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਉਹਦੇ ਵਿੱਚ ਮਿਨੋਰਟੀਜ਼ ਨੂੰ ਜਿਹੜੀਆਂ ਨੇ ਉਹਦੇ ਵਿੱਚ ਪਿਕ ਐਂਡ ਚੂਜ਼ ਹੋ ਰਹੀ ਹੈ, ਅਕਾਲੀ ਦਲ ਚੁੱਪ ਬੈਠਾ। ਮੈਂ ਸਮਝਦਾ ਵਾਂ ਕਿ ਜਿਹੜੇ ਸਾਡੇ ਹੋਰ ਸਿਧਾਂਤਕ ਇਸ਼ੂਜ਼ ਨੇ ਉਹਨਾਂ ਦੇ ਉੱਤੇ ਅਕਾਲੀ ਦਲ ਚੁੱਪ ਬੈਠਾ ਹੈ। ਔਰ ਸਭ ਤੋਂ ਵੱਡੀ ਗੱਲ ਕਿ ਨਨਕਾਣਾ ਸਾਹਿਬ ਦਾ ਮੋਰਚਾ ਜਿਹੜਾ ਸੀ ਉਸਨੇ ਉਹ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਸਤੇ ਹੋਇਆ ਸੀ। ਅੱਜ ਕੌਮ ਇਹ ਸੋਚ ਰਹੀ ਹੈ ਕਿ ਇਹ ਇੱਕ ਨਵੇਂ ਕਿਸਮ ਦੇ ਮਹੰਤ ਆ ਗਏ ਨੇ ਜਿਹੜੇ ਜ਼ਿਆਦਾ ਖਤਰਨਾਕ ਨੇ, ਜਿਹੜੇ ਸਾਡੇ ਵਰਗੇ ਨੇ, ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਆਪਣੇ ਗਲਵੱਕੜੀ 'ਚ ਲਿਆ ਹੋਇਆ ਔਰ ਆਪਣੇ ਪਰਸਨਲ ਮੁਫਾਦ ਵਾਸਤੇ ਇਸ ਨੂੰ ਵਰਤਦੇ ਨੇ। ਅੱਛਾ ਭਾਈ ਸਾਹਿਬ ਜੀ, ਜਿਹੜਾ ਆਪਾਂ ਵੇਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਰਿਹਾ ਹੈ 1920 ਤੋਂ ਲੈ ਕੇ 1960 ਦਾ ਜਿਹੜਾ ਇਤਿਹਾਸ ਰਿਹਾ, ਉਹ ਇਤਿਹਾਸ ਗੁਰਦੁਆਰਾ ਨੂੰ ਆਜ਼ਾਦ ਕਰਾਉਣ ਵਾਲਾ, ਜਿਹਨਾਂ ਆਪ ਜੀ ਨੇ ਵੀ ਦੱਸਿਆ। ਪਰ ਅੱਜ ਜਦੋਂ ਅਸੀਂ ਵੇਖਦੇ ਹਾਂ ਸਾਡੇ ਆਪਣੇ ਇਸ ਅੱਜ ਦੇ ਦੌਰ ਦੇ ਵਿੱਚ ਹਰਿਦੁਆਰ ਦਾ ਹਰ ਕੀ ਪੌੜੀ ਦਾ ਮਸਲਾ ਹੋਵੇ ਗੁਰਦੁਆਰੇ ਦਾ, ਜਾਂ ਉੜੀਸਾ ਦੇ ਵਿੱਚ ਮੱਗੂ ਮੱਠ ਦਾ ਮਸਲਾ ਹੋਵੇ, ਜਾਂ ਗਵਾਲੀਅਰ ਦੇ ਵਿੱਚ ਜਿਹੜਾ ਹਰਦਾਸ ਗੁਰਦੁਆਰੇ ਦਾ ਮਸਲਾ ਹੋਵੇ, ਜਿਸ ਨੂੰ 1984 ਦੇ ਵਿੱਚ ਉਸਦੇ ਸੇਵਾਦਾਰ ਨੂੰ ਕਤਲ ਵੀ ਕੀਤਾ ਗਿਆ ਅਤੇ ਬਾਅਦ ਵਿੱਚ ਉਸਨੂੰ ਮੰਦਰ ਤਬਦੀਲ ਕੀਤਾ ਗਿਆ, ਇਹਨਾਂ ਮੁੱਦਿਆਂ ਦੇ ਉੱਪਰ ਜਿਹੜਾ ਅਕਾਲੀ ਦਲ ਉਹ ਲਹਿਰ ਨਹੀਂ ਖੜੀ ਕਰ ਸਕਿਆ ਜਿਹੜੀ ਲਹਿਰ 1920 ਤੋਂ ਲੈ ਕੇ 1960 ਦੇ ਵਿੱਚ ਜਿਹੜੀ ਸੀ ਚੱਲ ਰਹੀ ਸੀ। ਦੇਖੋ, ਅੱਜ ਅਕਾਲੀ ਦਲ ਬਹੁਤ ਗਿਣਤੀ ਦੇ ਵਿੱਚ ਉਹ ਲੋਕਾਂ ਦਾ ਕਾਬਜ਼ ਹੋ ਗਿਆ ਕਿ ਜਿਹਦੇ ਵਿੱਚ ਤੁਸੀਂ ਇਹ ਸਮਝ ਲਓ ਕਿ ਜਿਹੜੇ ਕਬਜ਼ੇ ਕਰਨ ਵਾਲੇ ਹੋਣ, ਜਿਹੜੇ ਪ੍ਰੋਪਰਟੀ ਦਾ ਕੰਮ ਕਰਦੇ ਹੋਣ, ਜਿਹੜਾ ਚਿੱਟੇ ਦਾ ਕੰਮ ਕਰਦੇ ਹੋਣ, ਜਿਹੜੇ ਰੇਤਾ ਦਾ ਕੰਮ ਕਰਦੇ ਹੋਣ, ਜਿਹੜੇ ਠੇਕੇ ਲੈਣੇ ਹੋਣ, ਕਿਸ ਤਰੀਕੇ ਨਾਲ ਅਸੀਂ ਸਰਕਾਰੀ ਤੰਤਰ ਨੂੰ ਆਪਣੇ ਪਰਸਨਲ ਮੁਫਾਦ ਵਾਸਤੇ ਵਰਤਣਾ। ਜਿਹੜੇ ਟ੍ਰੈਡੀਸ਼ਨਲ ਅਕਾਲੀ ਨੇ ਉਹਨਾਂ ਸਾਰਿਆਂ ਨੂੰ ਬੈਕ ਸੀਟ ਦੇ ਦਿੱਤੀ ਗਈ ਤਾਂ ਕਿ ਉਹਨਾਂ ਦੀ ਆਵਾਜ਼ ਵੀ ਨਾ ਉੱਠ ਸਕੇ। ਇਹੀ ਕਾਰਨ ਹੈ ਕਿ ਮੇਨ ਅਕਾਲੀ ਲੀਡਰ ਜਿਹੜੇ ਨੇ ਉਹ ਅਕਾਲੀ ਦਲ ਦੀ ਧਾਰਾ 'ਚੋਂ ਬਾਹਰ ਹੋ ਗਏ। ਜਿਹੜੇ ਨਹੀਂ ਬਾਹਰ ਹੋਏ ਨਾ, ਅੱਜ ਵੀ ਅੰਦਰ ਬੈਠੇ ਨੇ, ਉਹਨਾਂ 'ਚ ਵੀ ਦਰਦ ਹੈ, ਲੇਕਿਨ ਉਹਨਾਂ ਦੀ ਆਵਾਜ਼ ਕੋਈ ਨਹੀਂ ਸੁਣਦਾ, ਉਹ ਇਸ ਵੇਲੇ ਚੁੱਪ ਕਰਕੇ ਬੈਠੇ ਨੇ। ਲੇਕਿਨ ਜਦੋਂ ਮੌਕਾ ਆਏਗਾ ਤੁਹਾਨੂੰ ਅਕਾਲੀ ਦਲ ਦੇ ਵਿੱਚ ਵੀ ਇੱਕ ਐਸਾ ਜਵਾਲਾਮੁਖੀ ਫਟੇਗਾ ਜਿਹੜਾ ਤੁਸੀਂ ਵੇਖੋਗੇ ਸਾਰੇ। ਅੱਛਾ ਭਾਈ ਸਾਹਿਬ, ਜਿਹੜਾ ਆਪ ਜੀ ਨੇ ਹੁਣੇ ਗੱਲ ਕੀਤੀ ਹੈ ਕਿ ਅਕਾਲੀ ਦਲ ਜਿਹੜੇ ਨੇ ਉਹ ਛੱਡਦੇ ਜਾ ਰਹੇ ਨੇ, ਅਕਾਲੀ ਦਲ ਨੂੰ ਜਿਹੜੇ ਟਕਸਾਲੀ ਨੇ, ਅਤੇ ਟਕਸਾਲੀ ਅਕਾਲੀ ਦਲਾਂ ਨੇ ਅਕਾਲੀ ਦਲ ਨੂੰ ਜਿਹੜੇ ਬਿਲੋਂਗ ਕਰਦੇ ਨੇ, ਉਹਨਾਂ ਨੇ ਹੁਣ 1920 ਵਾਲੇ ਅਕਾਲੀ ਦਲ ਨੂੰ ਜੀਵਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੇ ਨੇ, ਕੀ ਉਹ ਕਾਮਯਾਬ ਹੋਣਗੇ? ਦੇਖੋ, ਇਹ ਤਾਂ ਮੈਂ ਨਹੀਂ ਕਹਿ ਸਕਦਾ, ਨਾ ਮੈਂ ਕੋਈ ਜੋਤਸ਼ੀ ਹਾਂ, ਲੇਕਿਨ ਅਗਰ ਉਹ ਉਸੇ ਰਾਹ 'ਤੇ ਤੁਰੇ ਸਮਾਂ ਜ਼ਰੂਰ ਲੱਗੇਗਾ, ਕਿਉਂਕਿ ਜਿਹੜਾ ਅੱਜ ਅਕਾਲੀ ਦਲ ਕਾਬਜ਼ ਹੈਗਾ ਇਹਨਾਂ ਕੋਲ ਸਾਰੇ ਕਮੇਟੀਆਂ ਨੇ, ਪਟਨਾ ਸਾਹਿਬ, ਦਿੱਲੀ, SGPC, ਇਹਨਾਂ ਕੋਲ ਸਰਮਾਇਆ ਸਰਕਾਰਾਂ ਦੇ ਵਿੱਚ ਇਹਨਾਂ ਧਨ ਇਕੱਠਾ ਕੀਤਾ। ਉਹ ਜਿਹੜੇ ਅਕਾਲੀ ਦਲ ਜਿਹੜੇ ਬਾਹਰ ਨਿਕਲ ਕੇ ਇਕੱਠਾ ਕਰ ਰਹੇ ਨੇ, ਉਹ ਆਪਣੀ ਦਿਸ਼ਾ ਠੀਕ ਰੱਖਣ। ਪੈਸੇ ਦਾ ਅਭਾਵ ਜ਼ਰੂਰ ਰਹੇਗਾ, ਪੈਸਾ ਉਹਨਾਂ ਕੋਲ ਨਹੀਂ ਹੈ, ਕੋਈ ਫੰਕਸ਼ਨ ਵੀ ਕਰਨਾ ਹੋਵੇ ਤਾਂ ਉਸ 'ਤੇ ਪੈਸੇ ਲੱਗਦੇ ਨੇ, ਮੈਂ ਸਮਝਦਾ, ਲੇਕਿਨ ਅਗਰ ਉਹਨਾਂ ਨੇ ਆਪਣਾ ਨਿਸ਼ਾਨਾ ਠੀਕ ਰੱਖਿਆ ਤਾਂ ਕਾਮਯਾਬ ਜ਼ਰੂਰ ਹੋਣਗੇ। ਅੱਛਾ ਭਾਈ ਸਾਹਿਬ ਜੀ, ਆਪਾਂ ਅੱਜ ਵੇਖਦੇ ਹਾਂ ਜਿਹੜਾ ਹੁਣ ਨਾਗਰਿਕਤਾ ਸੋਧ ਬਿੱਲ ਜਿਹੜਾ ਆਇਆ, CAA ਆਇਆ ਜਾਂ ਕੈਬ ਆਇਆ, ਅਤੇ ਇਸ ਦੇ ਵਿੱਚ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਇਸਦੀ ਹਮਾਇਤ ਕਰਦਾ, ਪਹਿਲਾਂ ਜਜ਼ਬਾਤੀ ਤਕਰੀਰ ਵੀ ਹੁੰਦੀ ਹੈ, ਫਿਰ ਹਮਾਇਤ ਹੀ ਹੁੰਦੀ ਹੈ, ਅਤੇ ਬਾਹਰ ਆ ਕਰਕੇ ਹੁਣ ਆਖਿਆ ਜਾਂਦਾ ਕਿ ਮੁਸਲਮਾਨ ਕਮਿਊਨਿਟੀਜ਼ ਨੂੰ ਵਿੱਚ ਸ਼ਾਮਿਲ ਕੀਤਾ ਜਾਏ, ਇਹ ਯੂ ਟਰਨ ਵੀ ਲਿਆ ਗਿਆ, ਇਸ ਬਾਰੇ ਕੀ ਆਪ ਜੀ ਕਹੋਗੇ? ਉਹਦਾ ਕਾਰਨ ਇਹ ਹੈ ਕਿ ਇੱਕ ਜਗ੍ਹਾ ਉਹਨਾਂ ਨੇ ਇੱਕ ਪੱਖ ਨੂੰ ਰਾਜ਼ੀ ਰੱਖ ਲਿਆ, ਬਾਹਰ ਆ ਕੇ ਦੂਜੇ ਪੱਖ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਉਹ ਰਾਜ਼ੀ ਹੋਣਾ ਨਹੀਂ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜਾ ਅਕਾਲੀ ਦਲ ਆਪਣੀ ਕਦਰਾਂ ਕੀਮਤਾਂ ਦੇ ਉੱਤੇ ਸਟੈਂਡ ਨਹੀਂ ਕਰ ਰਿਹਾ, ਆਪਣੇ ਮੇਨ ਸਿਧਾਂਤਾਂ ਨੂੰ ਛੱਡ ਗਿਆ। ਕਿਉਂ ਛੱਡ ਗਿਆ? ਕਿਉਂਕਿ ਆਪਾਂ ਵਜ਼ੀਰੀ ਲੈਣੀ ਹੈ। ਕਿਉਂ ਛੱਡ ਗਿਆ? ਕਿਉਂਕਿ ਆਪਾਂ ਪਲਾਟ ਲੈਣੇ ਨੇ, ਆਪਣੇ ਹੋਟਲ ਖੜ੍ਹੇ ਕਰਨੇ ਨੇ। ਮੈਂ ਇਹ ਸਮਝਦਾ ਕਿ ਇਹਦਾ ਨੁਕਸਾਨ
ਪੰਥ ਨੂੰ ਹੋ ਰਿਹਾ, ਲੇਕਿਨ ਸਾਡੀ ਜਿਹੜੀ ਅੱਜ ਦੀ ਮੌਜੂਦਾ ਲੀਡਰਸ਼ਿਪ ਹੈ ਅਕਾਲੀ ਦਲ ਦੀ, ਜਿਹੜਾ ਇੱਕ ਪਰਿਵਾਰ ਹੈ, ਉਸਨੂੰ ਫਾਇਦਾ ਮਿਲਦਾ ਪਿਆ, ਪਰਸਨਲ ਫਾਇਦਾ ਮਿਲਦਾ ਪਿਆ। ਅਤੇ ਆਪ ਜੀ ਸਮਝਦੇ ਕਿ ਇਸ 'ਤੇ ਆਪਾਂ ਜਦੋਂ ਅਕਾਲੀ ਦਲ ਨੂੰ ਵੇਖਦੇ ਹਾਂ, ਇਸ 'ਤੇ ਇੱਕ ਪਰਿਵਾਰਵਾਦ ਦਾ ਜਿਹੜਾ ਹੈ ਉਹ ਹਾਵੀ ਹੈ, 100% ਪਰਿਵਾਰਵਾਦ ਹਾਵੀ ਹੈ, ਔਰ ਅੱਜ ਤੋਂ ਪਹਿਲੇ ਕਦੀ ਇੱਦਾਂ ਹੋਇਆ ਵੀ ਨਹੀਂ ਸੀਗਾ। ਲੇਕਿਨ ਜਦ ਤੋਂ ਬਾਦਲ ਸਾਹਿਬ ਆਪ ਪ੍ਰਧਾਨ ਬਣੇ ਨੇ, ਉਸ ਤੋਂ ਬਾਅਦ ਇਹ ਉਸ ਪਰਿਵਾਰ ਦੇ ਵਿੱਚੋਂ ਨਿਕਲ ਹੀ ਨਹੀਂ ਸਕਿਆ। ਅਤੇ ਜਿਹੜੇ ਹੁਣ ਜਿਵੇਂ ਟਕਸਾਲੀ ਆਗੂ ਨੇ, ਉਹ ਵੀ ਇਸ ਪਰਿਵਾਰਵਾਦ ਤੋਂ ਕਹਿੰਦੇ ਦੁਖੀ ਹੋ ਕਰਕੇ ਬਾਹਰ ਆ ਰਹੇ ਨੇ, ਅਤੇ ਇਹ ਜਦੋਂ ਅੰਦਰ ਰਹਿੰਦੇ ਨੇ ਉਦੋਂ ਕੋਈ ਇਹੋ ਜਿਹੀ ਗੱਲ ਨਹੀਂ ਕਰਦੇ? ਮੈਂ ਢੀਂਡਸਾ ਸਾਹਿਬ ਦੀ ਕਹਿ ਸਕਦਾ, ਮੈਂ ਬ੍ਰਹਮਪੁਰਾ ਸਾਹਿਬ ਦੀ ਕਹਿ ਸਕਦਾ, ਈਵਨ ਸੇਖਵਾਂ ਸਾਹਿਬ ਦੀ ਵੀ ਕਹਿ ਸਕਦਾ ਕਿ ਉਹਨਾਂ ਨੇ, ਅਸੀਂ ਤਾਂ ਮੈਂ ਮੈਂਬਰ ਨਹੀਂ ਸੀ ਕੋਰ ਕਮੇਟੀ ਦਾ, ਕੋਰ ਕਮੇਟੀ ਦੇ ਵਿੱਚ ਇਸ਼ੂਸ ਚੁੱਕੇ ਨੇ, ਤਾਂ ਹੀ ਹੌਲੀ ਹੌਲੀ ਇਹਨਾਂ ਨੂੰ ਸਾਈਡਲਾਈਨ ਕੀਤਾ ਗਿਆ ਕਿ ਜਿਹੜਾ ਵੀ ਬੰਦਾ, ਕਿਉਂਕਿ ਜਦੋਂ 2014 ਦੀ ਇਲੈਕਸ਼ਨ ਵੀ ਹਾਰੇ ਸੀ ਤਾਂ ਉਦੋਂ ਵੀ ਢੀਂਡਸਾ ਸਾਹਿਬ ਨੇ ਆਖਿਆ ਸੀਗਾ ਕਿ ਬਈ, ਉਦੋਂ ਸ਼ਾਇਦ ਬ੍ਰਹਮਪੁਰਾ ਸਾਹਿਬ ਨੇ ਆਖਿਆ ਸੀਗਾ ਕਿ ਸਾਨੂੰ ਸੋਚ, ਆਪਣੀ ਗਲਤੀ ਕਿੱਥੇ ਆ ਕਿੱਥੇ ਨਹੀਂ ਉਹ ਸੁਧਾਰ ਕਰਨੀ ਚਾਹੀਦੀ, ਪਾਲਸੀਆਂ ਨੀਤੀਆਂ ਬਦਲਣੀਆਂ ਚਾਹੀਦੀਆਂ, ਲੀਡਰਸ਼ਿਪ 'ਚ ਚੇਂਜ ਲਿਆਉਣਾ ਚਾਹੀਦਾ। 2017 ਦੀ ਜੋ ਚੋਣ ਹਾਰਦੇ ਨੇ, ਢੀਂਡਸਾ ਸਾਹਿਬ ਨੇ ਸਿੱਧੀ ਤੌਰ 'ਤੇ ਕਹਿ ਦਿੱਤਾ ਸੀਗਾ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ, ਲੇਕਿਨ ਤੁਹਾਡੇ ਸਾਹਮਣੇ ਹਾਲਾਤ। ਅੱਛਾ ਭਾਈ ਸਾਹਿਬ ਜੀ, ਜਿਹੜਾ ਆਪਾਂ ਵੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਰੈਲੀ ਦੇ ਵਿੱਚ ਜਦੋਂ ਪੰਥਕ ਪਾਰਟੀ ਤੋਂ ਛੱਡ ਕਰਕੇ ਕੇਵਲ ਇੱਕ ਪੰਜਾਬ ਪਾਰਟੀ ਕਹਿ ਸਕਦੇ ਹਾਂ ਇਸ ਨੂੰ ਬਣਾਇਆ ਹੈ, ਅਤੇ ਉਸ ਦਾ ਵਿਰੋਧ ਉਸ ਵਕਤ ਜਿਹੜਾ ਕਿਸੇ ਨੇ ਨਹੀਂ ਕੀਤਾ ਜਾਂ ਅੱਜ ਤੱਕ ਉਸਦਾ ਜਿਹੜਾ ਵਿਰੋਧ ਨਹੀਂ ਹੋਇਆ? ਦੇਖੋ, ਉਸ ਵੇਲੇ ਸ਼ਾਇਦ ਕਿਸੇ ਨੂੰ ਇਹ ਨਹੀਂ ਪਤਾ ਸੀਗਾ ਕਿ ਇਹ ਪਾਰਟੀ ਇਹ ਤਬਦੀਲੀ ਕਰਨ ਤੋਂ ਬਾਅਦ ਕਿੱਥੇ ਪਹੁੰਚੇਗੀ। ਅੱਜ ਉਹਦੇ ਰਿਜ਼ਲਟ ਸਾਹਮਣੇ ਆ ਗਏ ਨੇ ਸਾਡੇ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਧਰਮ ਔਰ ਪੰਥ ਨੂੰ ਛੱਡ ਕੇ ਅਸੀਂ ਦੂਜੇ ਪਾਸੇ ਨੂੰ ਤੁਰ ਪਏ ਹਾਂ। ਫਿਰ ਦੂਜੇ ਪਾਸੇ ਨੂੰ ਵੀ ਇਮਾਨਦਾਰੀ ਨਾਲ ਨਹੀਂ ਤੁਰੇ, ਤੁਸੀਂ ਕੌਮ ਦਾ ਜਾਂ ਪੰਜਾਬ ਦਾ ਭਲਾ ਕਰਾ ਲੈਂਦੇ, ਤੁਸੀਂ ਆਪਣੇ ਮਫਾਦ ਵਾਲੇ ਪਾਸੇ ਤੁਰ ਪਏ ਹੋ। ਮੈਂ ਸਮਝਦਾ ਕਿ ਜਿਹੜਾ ਇਹ ਆਪਣਾ ਇੰਟਰਸਟ ਲੀਡਰਸ਼ਿਪ ਦੇ ਵਿੱਚ ਆਇਆ, ਇਸ ਨੇ ਵੱਡਾ ਨੁਕਸਾਨ ਕੀਤਾ। ਔਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਮੋਗਾ ਰੈਲੀ 'ਚ ਇਹਨਾਂ ਨੇ ਆਪਣਾ ਸੰਵਿਧਾਨ ਬਦਲਿਆ, ਕੌਂਸਟੀਟਿਊਸ਼ਨ ਬਦਲਿਆ, ਉਹਦਾ ਵੀ ਨੁਕਸਾਨ ਹੋਇਆ ਸਾਨੂੰ। ਅਤੇ ਪੈਸੇ ਜੀ, ਆਪਾਂ ਵੇਖਦੇ ਹਾਂ ਕਿ ਇਸ ਨੇ RSS ਦੇ ਏਜੰਡੇ ਨੂੰ ਲਾਗੂ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੇਵ ਨੇ, ਜਿਹੜੇ ਅਸੀਂ ਉਹਨਾਂ ਕੰਮਕਾਜ ਵੇਖਦੇ ਹਾਂ, ਉਹ ਇਹੋ ਹੀ ਸਾਬਤ ਕਰਦੇ ਨੇ ਕਿ RSS ਦਾ ਏਜੰਡਾ ਜਿਹੜਾ ਉਹੀ ਹਾਵੀ ਹੁੰਦਾ ਜਾ ਰਿਹਾ, ਅਤੇ ਪਰ ਪੰਥਕ ਜਿਹੜਾ ਏਜੰਡਾ ਸੀ ਉਹ ਪੰਥਕ ਏਜੰਡੇ ਤੋਂ ਖਿਸਕ ਚੁੱਕਾ ਹੈ। ਦੇਖੋ, ਅਸੀਂ RSS 'ਤੇ ਗੱਲ ਪਾ ਦਿੰਦੇ ਹਾਂ, ਮੈਂ 6 ਸਾਲ ਪ੍ਰਧਾਨ ਰਿਹਾ ਵਾਂ, ਮੈਨੂੰ ਕਦੀ ਕਿਸੇ RSS ਨੇ ਅਪਰੋਚ ਨਹੀਂ ਕੀਤਾ। ਮੈਂ ਸਮਝਦਾ ਕਿ ਆਪ ਹੀ ਜਾ ਕੇ ਉਸ ਏਜੰਡੇ 'ਤੇ ਮੋਹਰ ਲਾਉਂਦੇ ਨੇ, ਕਿਉਂਕਿ ਇਹਨਾਂ ਨੇ ਆਪਣੇ ਫਾਇਦੇ ਲੈਣੇ ਹੁੰਦੇ ਨੇ। ਸੋ ਇਸ ਕਰਕੇ ਮੈਂ ਸਮਝਾਂਗਾ ਕਿ ਜਦ ਤੱਕ ਅਕਾਲੀ ਦਲ ਆਪਣੀ ਸਿਧਾਂਤਾਂ 'ਤੇ ਵਾਪਸ ਨਹੀਂ ਆਏਗਾ, ਜਦੋਂ ਸਿਧਾਂਤਾਂ 'ਤੇ ਵਾਪਸ ਆਏਗਾ, ਭਾਵੇਂ ਉਹ RSS ਹੋਵੇ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਉਹ ਏਜੰਸੀਆਂ ਹੋਣ ਜਾਂ ਜਿਹੜੇ ਸਾਨੂੰ ਢਾ ਲੈਣਾ ਚਾਹੁੰਦੇ ਨੇ, ਸਾਡਾ ਕੋਈ ਕੁਛ ਨਹੀਂ ਕਰ ਸਕੇਗਾ। ਅੱਜ ਮੈਂ ਸਮਝਦਾ, ਅਗਰ ਬਾਦਲ ਸਭ ਕੁਛ ਨਾ ਕਰਦੇ, ਚਲੋ ਪਰਿਵਾਰਵਾਦ ਵੀ ਚਲਾ ਲਿਆ, ਤੁਸੀਂ ਸਿਰਫ ਇੱਕੋ ਕੰਮ ਕਰਦੇ, ਸਾਨੂੰ ਕੋਈ ਵਜ਼ੀਰੀ ਨਹੀਂ ਚਾਹੀਦੀ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਬੈਠੇ ਹਾਂ। ਲੇਕਿਨ ਜਦੋਂ ਇਹ ਪੰਥ ਦੀ ਗੱਲ ਕਰਦੇ ਨਾ, ਤਾਂ ਸਰਕਾਰ ਨੂੰ ਸੁਣਨੀ ਪੈਣੀ ਸੀਗੀ, ਲੇਕਿਨ ਸਰਕਾਰ ਨਹੀਂ ਸੁਣਦੀ, ਕਿਉਂਕਿ ਕਿਤੇ ਅਸੀਂ ਆਪਣੇ 'ਤੇ ਕੇਸ ਜਿਹੜੇ ਪਏ ਨੇ ਉਹ ਛੁਟਵਾਉਣੇ ਨੇ, ਕਿਤੇ ਅਸੀਂ ਮਜੀਠੀਆ ਸਾਹਿਬ ਨੂੰ ਬਚਾਉਣਾ, ਕਿਸੇ ਅਸੀਂ ਮਿਨਿਸਟਰੀ ਲੈਣੀ ਹੈ। ਸੋ ਬੜੀਆਂ ਗੱਲਾਂ ਨੇ ਜਿਹਦੇ ਕਰਕੇ ਪੰਥ ਨੂੰ ਨੁਕਸਾਨ ਹੋਇਆ। ਅੱਛਾ ਭਾਈ ਸਾਹਿਬ, ਅਖੀਰ ਵਿੱਚ ਜਿਹੜਾ ਗੁਰਮੀਤ ਸਿੰਘ ਜੀ ਸ਼ੰਟੀ, ਆਪ ਜੀ ਦੇ ਉੱਪਰ ਕਾਫ਼ੀ ਇਲਜ਼ਾਮ ਵੀ ਉਹਨਾਂ ਨੇ ਲਗਾਏ ਸੀ, ਅਤੇ ਅੱਜ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਂਦਾ? ਮੈਂ ਸਮਝਦਾ ਕਿ ਇਹ ਤਾਂ ਬਿੱਲੀ ਥੈਲੇ 'ਚੋਂ ਬਾਹਰ ਆ ਗਈ, ਇਹ ਕੀ ਸੌਦਾ ਹੋਇਆ? ਤੁਸੀਂ ਸੌਦਾ ਇਹ ਸੀਗਾ ਕਿ ਮਨਜੀਤ ਸਿੰਘ ਨੂੰ ਤੁਸੀਂ ਮਾਰ ਨਹੀਂ ਸਕਦੇ, ਕਰਪਸ਼ਨ ਚਾਰਜਿਸ ਲਵਾ ਕੇ ਤੁਸੀਂ ਉਸ ਨੂੰ ਫਸਾਓ, ਉਸ ਨੂੰ ਅੰਦਰ ਕਰਾਓ, ਉਸ ਦੇ ਉੱਤੇ ਕੇਸ ਪਾਓ, ਬੜੇ ਝੂਠੇ ਕੇਸ ਪਾ ਚੁੱਕੇ ਹੋ ਤੁਸੀਂ। ਮੈਂ ਪੁੱਛਣਾ ਚਾਹੁੰਦਾ, ਗੁਰਮੀਤ ਸਿੰਘ ਸੰਟੀ, ਮੈਂ 6 ਸਾਲ ਪ੍ਰਧਾਨ ਰਿਹਾ, ਮੈਂ 6 ਸਾਲਾਂ 'ਚ 5 ਕਰੋੜ ਦੀ ਸਬਜ਼ੀ ਨਹੀਂ ਖਰੀਦੀ, ਉਹ 5 ਮਹੀਨਿਆਂ 'ਚ 4,93,00,000 ਦੀ ਸਬਜ਼ੀ ਖਰੀਦ ਜਾਂਦਾ। ਔਰ ਸਰਸਾ ਸਾਹਿਬ ਆਖਦੇ ਨੇ ਕਿ ਕੋਈ ਘਪਲਾ ਨਹੀਂ ਹੋਇਆ, ਕੋਰਟ ਦੇ ਵਿੱਚ ਝੂਠੀ RTI ਦਾ ਜਵਾਬ ਦੇ ਦਿੰਦੇ ਨੇ, ਮੈਂ ਕਿਹਾ ਉਹਦਾ ਜਵਾਬ ਦੇ ਦੇਣ। ਮੈਂ ਇਹ ਸਮਝਦਾ ਵਾਂ ਕਿ ਫਿਰ ਗੁਰਮੀਤ ਸਿੰਘ ਛੱਟੀ ਦੇ ਨਾਲ ਕੌਣ ਖੜਾ? ਛਾਬੜਾ ਖੜਾ, ਛਾਬੜਾ ਜਿਹੜਾ ਟਾਈਟਲ ਦਾ ਖਾਸ ਦੋਸਤ ਹੈ ਸੁਖਬੀਰ ਸਿੰਘ ਬਾਦਲ, ਉਸਨੂੰ ਸਰੋਪਾ ਪਾ ਰਿਹਾ। ਮੈਨੂੰ ਇਹ ਡੀਲ ਨਹੀਂ ਸਮਝ ਲੱਗੀ ਕਿ ਇਹ ਸੌਦੇਬਾਜ਼ੀ ਕੀ ਹੋਈ ਹੈ। ਪਹਿਲੇ ਗੁਰਮੀਤ ਸਿੰਘ ਛੱਟੀ ਨੂੰ ਲਿਆਇਆ ਸੀ 2013 ਦੇ ਵਿੱਚ ਕਿ ਤੈਨੂੰ ਜਨਰਲ ਸੈਕਟਰੀ ਬਣਾਵਾਂਗੇ, ਅਤੇ ਸੜਕ 'ਤੇ ਰਿਹਾ, ਫਿਰ ਛੱਡ ਕੇ ਚਲੇ ਗਿਆ। ਅੱਜ ਫਿਰ ਗੁਰਮੀਤ ਸਿੰਘ ਛੱਟੀ ਜੁਆਇਨ ਕੀਤਾ, ਅੱਜ ਉਸਨੂੰ ਕਿਹੜੀ ਸੌਦੇਬਾਜ਼ੀ ਦੇ ਵਿੱਚ ਜੁਆਇਨ ਕੀਤਾ ਗਿਆ ਕਿ ਅਸੀਂ ਮਨਜੀਤ ਸਿੰਘ ਨੂੰ ਮਰਵਾ ਲਈਏ, ਅਸੀਂ ਤੈਨੂੰ 5 ਕਰੋੜ ਦੀ ਸਬਜ਼ੀ 'ਚੋਂ ਮਾਫ਼ ਕਰਾ ਲਈਏ, ਅਸੀਂ ਜਗਦੀਸ਼ ਟਾਈਟਲਰ ਨੂੰ ਕਿੱਦਾਂ ਬਚਾਉਣਾ ਹੈ? ਮੇਰਾ ਖਿਆਲ ਹੈ ਕਿ ਬੜੀ ਡੂੰਘੀ ਸਾਜਿਸ਼ ਹੋਈ ਹੈ, ਇਸ 'ਤੇ ਧਿਆਨ ਦੇਣਾ ਪਏਗਾ।
ਸੋ ਇਹ ਸਨ ਸਰਦਾਰ ਮਨਜੀਤ ਸਿੰਘ ਜੀ ਜੀਕੇ ਜਾਗੋ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਜਿਨ੍ਹਾਂ ਨੇ ਪੰਥਕ ਮਸਲਿਆਂ ਦੇ ਉੱਪਰ ਆਪਣੇ ਵਿਚਾਰ ਰੱਖੇ ਨੇ। ਆਪ ਜੀ ਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਆਪ ਜੀ ਸਕਰੀਨ 'ਤੇ ਚੱਲ ਰਹੇ ਨੰਬਰਾਂ ਦੇ ਉੱਪਰ ਵਟਸਐਪ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਆਪ ਜੀ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਤੁਸੀਂ ਹਾਊਸ ਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਅਬੈਕਸ ਸਾਇੰਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦਾ ਤੇ ਇੱਕ ਬਹੁਤ ਹੀ ਮਿਨੀਮਮ ਫੀ ਪੇ ਕਰਕੇ ਤੁਸੀਂ ਐਜ਼ ਅ ਫਰੈਂਚਾਈਜ਼ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਪਰ ਮੰਥ ਅਰਾਊਂਡ 25 to 50,000 ਅਰਨ ਕਰ ਸਕਦੇ ਹੋ। ਅਬੈਕਸ ਸਾਇੰਸ ਅਕੈਡਮੀ ਪਿਛਲੇ 12 ਸਾਲ ਤੋਂ ਟੀਚਰਸ ਨੂੰ ਅਬੈਕਸ ਦੀ ਟ੍ਰੇਨਿੰਗ ਦੇ ਰਿਹਾ ਹੈ ਤੇ ਸਾਡੇ ਬੱਚੇ ਅਰਾਊਂਡ 112 ਵਰਲਡ ਤੇ ਨੈਸ਼ਨਲ ਰਿਕਾਰਡ ਬਣਾ ਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਚੁੱਕੇ ਨੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।